ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਵੀਨਾ ਗੋਇਲ, ਨੈਵੀਗੇਟਰਸ ਚੰਡੀਗੜ੍ਹ ਤੋਂ। ਸਾਰਿਆਂ ਨੂੰ ਜਿਹੜਾ ਆਸਟ੍ਰੇਲੀਆ ਜਾਣ ਦਾ ਸ਼ੌਕ ਹੈ ਇਸ ਟਾਈਮ, ਕਿਉਂਕਿ ਆਸਟ੍ਰੇਲੀਆ ਨੇ ਵੀਜ਼ਾ ਬਹੁਤ ਦਿੱਤਾ ਪਿਛਲੇ ਕੁਛ ਸਾਲਾਂ ਦੇ ਵਿੱਚ। ਸਭ ਤੋਂ ਵੱਡੀ ਜਿਹੜੀ ਗਰਾਰੀ ਅੜਦੀ ਹੈ ਸਟੂਡੈਂਟ ਦੀ, ਉਹ ਅੜਦੀ ਹੈ GTE 'ਤੇ। GTE ਕੀ ਚੀਜ਼ ਹੈ ਜਿਹਦੇ ਕਾਰਨ ਬੱਚੇ ਜਾ ਨਹੀਂ ਸਕਦੇ? ਹੁਣ ਜਿਹੜੇ ਵੀ ਸਟੂਡੈਂਟ ਨੇ ਆਸਟ੍ਰੇਲੀਆ ਜਾਣਾ, ਉਹਨਾਂ ਨੇ ਬੜੇ ਧਿਆਨ ਨਾਲ ਜਿਹੜੇ ਹੈ ਆਪਣੇ ਕਾਗਜ਼ ਜਿਹੜੇ ਆ ਲਗਾਉਣੇ ਹੈ। ਰੀਜ਼ਨ ਬੀਂਗ, ਆਸਟ੍ਰੇਲੀਆ ਇੱਕ ਇਹੋ ਜਿਹੀ ਕੰਟਰੀ ਹੈ ਜਿੱਥੇ ਤੁਹਾਡਾ ਗੈਪ ਬਹੁਤ ਜ਼ਿਆਦਾ ਨਹੀਂ ਚੱਲਦਾ। 12th ਦੇ ਬਾਅਦ 1 ਸਾਲ ਦਾ ਗੈਪ ਐਕਸੈਪਟੇਬਲ ਹੈ, ਉਹ ਵੀ ਵਿਦ ਜਸਟੀਫਿਕੇਸ਼ਨ। ਹੁਣ ਜਸਟੀਫਿਕੇਸ਼ਨ ਕੀ ਹੋ ਸਕਦੀ ਹੈ ਕਿ ਤੁਸੀਂ ਕੋਈ ਨੀਟ ਦਾ ਐਗਜ਼ਾਮ ਦਿੱਤਾ, ਕੋਈ ਕੰਪੀਟੀਟਿਵ ਐਗਜ਼ਾਮ ਦਿੱਤਾ, ਪਲੱਸ ਟੂ ਦੇ ਬਾਅਦ ਤੁਹਾਡੀ ਪਰਸੈਂਟੇਜ ਬਹੁਤ ਅੱਛੀ ਹੈ, 60% ਤੋਂ ਉੱਪਰ ਮੰਗਦੇ ਹੈ। ਔਰ ਜੇ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ, ਫਿਰ 5 ਸਾਲ ਦਾ ਗੈਪ ਵੀ ਚੱਲ ਜਾਂਦਾ ਜਸਟੀਫਿਕੇਸ਼ਨ ਦੇ ਨਾਲ। ਮਤਲਬ ਤੁਸੀਂ ਜੋਬ ਕਰ ਰਹੇ ਹੋ, ਤੁਹਾਡੇ ਕੋਲ ਸੈਲਰੀ ਸਲਿਪਸ ਹੈ, ਅਪੁਆਇੰਟਮੈਂਟ ਲੈਟਰ ਹੈ, ਐਕਸਪੀਰੀਅੰਸ ਲੈਟਰ ਹੈ। ਔਰ ਉਸਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਉਹਦਾ, ਕਿ ਉਹ ਕੰਪਨੀ ਦੀ ਵੈਬਸਾਈਟ ਪ੍ਰੋਪਰ ਹੈ, ਉਹਨਾਂ ਦੇ ਜਿਹੜੇ ਪ੍ਰੋਪਰ ਫੋਨ ਚੱਲ ਰਹੇ ਆ, ਜਾਂ ਕੋਈ ਇਨਕੁਆਇਰੀ ਹੁੰਦੀ ਹੈ ਪੋਜ਼ਿਟਿਵ ਹੋਣੀ ਚਾਹੀਦੀ ਹੈ। ਇਹ ਸਾਰੀ ਚੀਜ਼ਾਂ ਜੇ ਤੁਸੀਂ ਧਿਆਨ ਰੱਖਦੇ ਹੋ ਤਾਂ ਤੁਹਾਡਾ GTE ਜਿਹੜਾ ਆਲਮੋਸਟ ਕਲੀਅਰ ਹੈ। ਹੁਣ GTE ਦੇ ਵਿੱਚ ਨੈਕਸਟ ਚੀਜ਼ ਐਕਸਪੀਰੀਅੰਸ ਦੇ ਬਾਅਦ ਔਰ ਗੈਪ ਦੇ ਬਾਅਦ ਆ ਜਾਂਦੀ ਹੈ ਤੁਹਾਡੇ ਫਾਈਨੈਂਸ਼ੀਅਲ ਪਾਰਟ। ਜਿਹੜੀ ਯੂਨੀਵਰਸਿਟੀ ਹੈ ਉਹ ਫੰਡਸ ਜਿਹੜੇ 3 ਮੰਥਸ ਓਲਡ ਦੇਖਦੀ ਹੈ, ਔਰ ਜੋ ਫਰੈਸ਼ ਫੰਡਸ ਹੈ ਉਹਦਾ ਸੋਰਸ ਹੋਣਾ ਚਾਹੀਦਾ। ਜਿੱਦਾਂ ਜੇ ਕੋਈ ਲੈਂਡ ਸੇਲ ਹੋਈ ਹੈ ਤਾਂ ਲੈਂਡ ਸੇਲ ਦੇ ਪੇਪਰ ਹੋਣੇ ਚਾਹੀਦੇ ਹੈ, ਜਾਂ ਤੁਹਾਡਾ ਕੋਈ ਐਜੂਕੇਸ਼ਨ ਲੋਨ ਹੋਇਆ, ਐਜੂਕੇਸ਼ਨ ਲੋਨ ਤਾਂ ਫਰੈਸ਼ ਹੀ ਹੁੰਦਾ, ਉਹ ਕਦੇ ਵੀ ਪੁਰਾਣਾ ਨਹੀਂ ਹੁੰਦਾ। ਜੇ ਇਹ ਸਾਰੀ ਚੀਜ਼ਾਂ ਤੁਸੀਂ ਧਿਆਨ ਰੱਖਦੇ ਹੋ, ਫਿਰ ਆਸਟ੍ਰੇਲੀਆ ਦੀ GTE ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਔਰ GTE ਦੇ ਵਿੱਚ ਪ੍ਰੋਬਲਮ ਨਹੀਂ ਤਾਂ ਵੀਜ਼ਾ ਵੀ ਆਲਮੋਸਟ ਤੁਹਾਡਾ ਆਉਣਾ ਹੀ ਆਉਣਾ ਹੈ। ਬਸ ਤੁਸੀਂ ਧਿਆਨ ਜਿਹੜਾ ਰੱਖਣਾ ਕਿ ਤੁਹਾਡਾ ਓਵਰਆਲ ਪ੍ਰੋਫਾਈਲ ਅੱਛਾ ਹੋਏ, ਕੋਰਸ ਜਿਹੜਾ ਤੁਸੀਂ ਅੱਛਾ ਲਓ, ਕੋਰਸ ਜਿਹੜਾ ਤੁਹਾਡਾ ਉਹ ਪਿਛਲੀ ਸਟੱਡੀਜ਼ ਤੋਂ ਮੈਚ ਕਰਦਾ ਹੋਵੇ, ਕਿਉਂਕਿ ਇਹ ਬੜਾ ਜ਼ਰੂਰੀ ਹੈ ਉੱਥੇ ਦਿਖਾਉਣਾ ਕਿ ਤੁਸੀਂ ਜਿਹੜੇ ਅਗਲਾ ਕੋਰਸ ਕਰ ਰਹੇ ਹੋ ਪਿਛਲੇ ਕੋਰਸ ਦੇ ਨਾਲ ਕਿੱਦਾਂ ਰੈਲੀਵੈਂਟ ਹੈ, ਔਰ ਉਹਦੇ ਵਿੱਚ ਤੁਹਾਡਾ ਜਿਹੜਾ ਫਿਊਚਰ ਦੇ ਵਿੱਚ ਤੁਸੀਂ ਕੋਰਸ ਕਰਕੇ ਰਿਸਰਚ ਕਿੰਨੀ ਕੀਤੀ ਹੋਈ ਹੈ, ਔਰ ਤੁਹਾਨੂੰ ਅੱਗੇ ਆਉਣ ਵਾਲੇ ਟਾਈਮ 'ਚ ਕੋਰਸ ਕਿੰਨਾ ਤੁਹਾਨੂੰ ਫਾਇਦਾ ਦੇ ਸਕਦਾ, ਰਿਟਰਨ ਔਨ ਇਨਵੈਸਟਮੈਂਟ, ਜਿੰਨੀ ਤੁਸੀਂ ਫੀਸਾਂ ਲਾਈ ਹੈ ਉਹ ਫਿਊਚਰ 'ਚ ਤੁਸੀਂ ਕੰਮ ਕਰਕੇ ਕਿੱਦਾਂ ਉਹਨੂੰ ਆਪਣੇ ਕੈਰੀਅਰ ਦੇ ਵਿੱਚ ਗਰੋਥ ਦੇ ਸਕਦੇ ਹੋ। ਇਹ ਚੀਜ਼ਾਂ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇ ਇਹ ਚੀਜ਼ਾਂ ਤੁਸੀਂ ਧਿਆਨ ਰੱਖ ਲਈਆਂ, ਆਸਟ੍ਰੇਲੀਆ ਦਾ ਵੀਜ਼ਾ ਕਦੇ ਖਰਾਬ ਨਹੀਂ ਹੁੰਦਾ, ਕਿਉਂਕਿ ਆਸਟ੍ਰੇਲੀਆ ਇੱਕ ਇਹੋ ਜਿਹੀ ਕੰਟਰੀ ਹੈ ਜਿਹੜੀ ਵੀਜ਼ਾ ਸਭ ਤੋਂ ਜ਼ਿਆਦਾ ਦਿੰਦੀ ਹੈ। ਹੁਣ ਇਹਦੇ ਵਿੱਚ ਜਿਹੜਾ ਤੁਸੀਂ ਕੋਰਸ ਸਿਲੈਕਸ਼ਨ ਕਿੱਦਾਂ ਕਰਨੀ ਹੈ, ਮੰਨ ਲਓ ਤੁਹਾਡਾ 60% ਹੈ, ਆਰਟਸ ਦੇ ਤੁਸੀਂ ਸਟੂਡੈਂਟ ਹੋ, ਅਤੇ ਤੁਸੀਂ ਹੋਸਪਿਟੈਲਿਟੀ ਮੈਨੇਜਮੈਂਟ ਦਾ ਕੋਰਸ ਲਓਗੇ। ਹੋਸਪਿਟੈਲਿਟੀ ਮੈਨੇਜਮੈਂਟ ਦੇ ਵਿੱਚ ਹੋਸਪਿਟੈਲਿਟੀ, ਟੂਰਿਜ਼ਮ ਮੈਨੇਜਮੈਂਟ, ਇਹ ਸਭ ਤੋਂ ਜ਼ਿਆਦਾ ਤੁਹਾਨੂੰ ਜਿਹੜਾ ਬੈਨੀਫਿਸ਼ੀਅਲ ਕੋਰਸ ਹੈ, ਜਿਹਦੇ ਵਿੱਚ ਤੁਸੀਂ 6 ਮੰਥ ਸਟੱਡੀ, 6 ਮੰਥ ਇੰਟਰਨਸ਼ਿਪ ਕੰਮ ਕਰ ਸਕਦੇ ਹੋ। ਮੰਨ ਲਓ ਜੇ ਬੈਚੁਲਰ 'ਚ ਜਾ ਰਹੇ ਹੋ ਤਾਂ 1.5 ਸਾਲ ਦੀ ਸਟੱਡੀ, ਉਹ 1.5 ਸਾਲ ਦਾ ਤੁਹਾਡਾ ਇੰਟਰਨਸ਼ਿਪ ਲੱਗਦੀ ਹੈ, ਉਹ ਵੀ ਪੇਡ ਇੰਟਰਨਸ਼ਿਪ। ਜਿਹੜੀ ਅਸੀਂ ਕੁਛ ਕਾਲਜਿਸ ਦੇ ਵਿੱਚ ਗੱਲ ਕੀਤੀ ਹੈ, ਅਤੇ ਜੇ ਆਪਾਂ ਫੀਸ ਦੀ ਗੱਲ ਕਰੀਏ, ਸਮਝੋ ਉਹਨਾਂ ਦੀ ਫੀਸ $28,000 ਹੈ ਸਾਲ ਦੀ, ਅਤੇ ਉਹਦੇ ਵਿੱਚ ਪੇਡ ਇੰਟਰਨਸ਼ਿਪ ਹੈ, ਮਤਲਬ 6 ਮਹੀਨੇ ਪੜ੍ਹ ਰਹੇ ਹੋ, 6 ਮਹੀਨੇ ਕੰਮ ਕਰ ਰਹੇ ਹੋ, ਅਤੇ ਉਹ ਜਦ ਕੈਲਕੂਲੇਸ਼ਨ ਅਸੀਂ ਕਰਦੇ ਹਾਂ ਤਾਂ ਆਲਮੋਸਟ $24,000 ਤੁਹਾਨੂੰ 6 ਮਹੀਨੇ ਦੇ ਵਿੱਚ ਪੇਡ ਇੰਟਰਨਸ਼ਿਪ 'ਚ ਮਿਲ ਰਿਹਾ। ਮਤਲਬ ਜਿੰਨੀ ਕੁ ਤੁਸੀਂ ਫੀਸ ਪੇ ਕੀਤੀ ਹੈ, ਉੰਨੀ ਫੀਸ 'ਤੇ ਤੁਹਾਨੂੰ ਵਾਪਸ ਆ ਰਹੀ ਹੈ। ਦੈਟ ਮੀਨਸ ਤੁਸੀਂ ਵਿਨ ਵਿਨ ਸਿਚੁਏਸ਼ਨ 'ਚ ਹੋ ਕਿ ਆਪਣੇ ਪੱਲਿਓਂ ਕੁਛ ਨਹੀਂ ਲਾਇਆ। ਔਰ ਜੇ ਤੁਸੀਂ ਜਿਹੜਾ 20 ਆਵਰਸ ਦਾ ਵਰਕ ਪਰਮਿਟ ਹੈ, ਪੋਸਟ ਸਟੱਡੀ ਵਰਕ ਪਰਮਿਟ, ਉਹਦੇ ਵਿੱਚ ਤੁਸੀਂ ਜਿਹੜਾ ਕੰਮ ਕਰਦੇ ਹੋ ਉਹ ਤੁਹਾਨੂੰ ਐਕਸਟਰਾ ਇਨਕਮ ਹੋ ਰਹੀ ਹੈ। ਦੈਟ ਮੀਨਸ ਕਿ ਤੁਸੀਂ ਉੱਥੇ ਪੜ੍ਹੇ, ਟੋਟਲ ਫਰੀ ਪੜ੍ਹੇ, ਆਪਣੀ ਕੁਆਲੀਫਿਕੇਸ਼ਨ 'ਚ ਇਜ਼ਾਫਾ ਕੀਤਾ, ਆਪਣੀ ਕੁਆਲੀਫਿਕੇਸ਼ਨ ਨੂੰ ਗਰੋਅ ਦਿੱਤੀ, 3 ਸਾਲ ਦਾ ਜਦ ਕੋਰਸ ਕਰਦੇ ਹੋ, 2 ਸਾਲ ਦਾ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਮਿਲ ਗਿਆ, ਉਹਦੇ ਵਿੱਚ ਵੀ ਤੁਸੀਂ ਉੱਥੇ ਰਹਿ ਕੇ ਜਿਹੜਾ 2 ਸਾਲ 'ਚ ਕਾਫੀ ਕੁਛ ਸਿੱਖ ਸਕਦੇ ਹੋ, ਤੁਹਾਡੇ ਜੋਬ ਪ੍ਰੋਸਪੈਕਟਸ ਬਹੁਤ ਅੱਛੇ ਹੋ ਜਾਂਦੇ ਆ। ਇਹ ਹੋ ਗਿਆ ਤੁਹਾਡੇ ਆਰਟਸ ਹਿਊਮੈਨਿਟੀਜ਼ ਵਾਲੇ ਬੱਚਿਆਂ ਵਾਸਤੇ। ਹੁਣ ਜੇ ਤੁਸੀਂ ਨੋਨ ਮੈਡੀਕਲ ਦੇ ਬੱਚੇ ਹੋ, ਤੁਸੀਂ ਇੰਜੀਨੀਅਰਿੰਗ ਦੇ ਕੋਰਸਿਸ ਬਹੁਤ ਅੱਛੇ ਲੈ ਸਕਦੇ ਹੋ, IT ਦੇ ਕੋਰਸਿਸ ਬਹੁਤ ਅੱਛੇ ਲੈ ਸਕਦੇ ਹੋ। ਇੰਜੀਨੀਅਰਿੰਗ ਦੇ ਵਿੱਚ ਤੁਹਾਡਾ ਮਕੈਨੀਕਲ ਦੇ ਰਿਲੇਟਿਡ ਹੋ ਗਏ, ਆਟੋਮੇਸ਼ਨ ਦੇ ਕੋਰਸਿਸ ਅੱਜ ਕੱਲ੍ਹ ਬਹੁਤ ਅੱਛੇ ਚੱਲ ਰਹੇ, IT ਦੇ ਵਿੱਚ ਕਲਾਊਡ ਕੰਪਿਊਟਿੰਗ, ਡਾਟਾ ਐਨਾਲਿਸਿਸ, ਸਾਈਬਰ ਸਿਕਿਉਰਿਟੀ, ਇਹ ਕੋਰਸਿਸ ਬਹੁਤ ਅੱਛੇ ਆ। ਔਰ ਹੁਣ ਇੱਦਾਂ ਹੀ ਕੁਛ ਕੋਰਸਿਸ ਜਿਹੜੇ ਆ ਮਾਸਟਰਸ ਦੇ ਵਾਸਤੇ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਇੰਜੀਨੀਅਰਿੰਗ ਦੇ ਹੋ ਗਏ, ਤੁਹਾਡੇ ਬਿਜ਼ਨਸ ਦੇ ਰਿਲੇਟਿਡ ਹੋ ਗਏ, ਤੁਹਾਡੇ ਹਿਊਮੈਨਿਟੀਜ਼ ਦੇ ਰਿਲੇਟਿਡ ਹੋ ਗਏ, ਫਿਰ ਸਪੈਸ਼ਲਾਈਜੇਸ਼ਨਸ ਆ ਜਾਂਦੀਆਂ।
अगर किसी बच्चे ने मास्टर्स ऑलरेडी की हुई है और सैकेंड मास्टर वास्ते जाना चाहता वो सब तो ज़्यादा टिपिकल होंगे जिड़ी कि आम एजेंसियां लैना पसंद नहीं करती क्योंकि एम्बेसी का यह कहना है कि जो तुम ऑलरेडी मास्टर की हुई है तुम जाने का पाथवे बना रहे हो बट थोड़ा इंटेंशन हो सकता है पढ़ने का है जो पढ़ने का इंटेंशन है तो तुम ये दसोगे जी हूँ मास्टर की है उस तो फिर उस अपग्रेडिड मास्टर्स हो मन लो ती एक एम कॉम की है राइट हूँ एम कॉम के बाद एम बी ए कर सकते हो या फाइनेंशियल अकाउंटिंग कोई स्पेशलाइजेशन कर सकते हो इदा का मतलब वो कोर्स कढ़ना पेगा यूनिवर्सिटी टू यूनिवर्सिटी थोड़ा कढ़ना पेगा मेरे ख्याल अज्ते वास्ते मैं काफ़ी इनफॉर्मेशन देती है तुम्हें नैक्सट वीडियो फिर मिलेंगे इस टाइम जो जुलाई इनटेक चल रहा है वो वास्ते असैसमेंट इमीडिएट हो रही है साड़ी टीम नाल तुसी संपर्क करो 24/7 काम करते हैं जिदा ही तुसी डॉक्यूमेंट्स वट्सअप करोगे या मेल करोगे तुहानू साडे इत्थों रिप्लाई आ जाएगा साडे जिहड़े टीम मैंबर आ तुहानू इमीडिएट हर तरह की इनफॉर्मेशन देते हैं इस इनटेक वास्ते मेरे ख्याल तुसी अच्छी तरह इनफॉर्मेशन साडे तो लै सकते हो कंपनी साड़ी बहुत पुरानी है 26-27 सालों तो काम कर रही है थैंक यू सो मच